वालेहमदुल्लाहि वबरकातुह। उम्मीद करता हूँ कि मेरे बहन भाई सब ठीक होंगे। अलहमदुल्ला बन रही हो, अलहमदुल्ला असं ठीक हैं। तुम्हारी दुआ ने सारी दुआ सारे बहन भाई वास्ते अल्लाह पाक साहब नू सेहत तंदुरुस्ती दे, अपने समाज रखे। आमीन सुमामीन। सारी दुआ सारे बहन भाई अल्लाह पाक हर आने वाले दुख तो मुसीबत तो मुश्किल तो आने वाली हर आफत तो अल्लाह पाक महफूज रखे। आमीन सुमामीन। इस निक दुआ कर रहे जी अपनी वीडियो का आगाज़। मैं हूँ थोड़ा भाई मोहम्मद अरसलान, तुम देख रहे हो जी साढ़े चैनल मोहम्मद अरसलो। अपने भी अलहमदुल्ला अज का ब्लॉग का मुकम्मल जो स्टेटस है तो शेयर करते हैं और मेरे भैन भी वीडियो ना रही हो। बहुत शुक्रिया सर भैन भाइयों का। तो चलते हैं अपने अज के ब्लॉग की तरफ। अलहमदुल्ला पिलर की पढ़ाई कर रहे हैं, रह गया थोड़ा जहा एक सैड की बिचो 9 इंच का सलाह जो छुड़िया ना वो भरन दे सरिया एक बिच रखिया फिलहाल। थले जरा तेगा भरिया इन समझैन किया उपर इंशाला अगर है तो आने वाले वक्त के हिसाब से फिर इतने उत्ते बीम लगा देंगे। फिलहाल तो सरिया ज़्यादा पड़ना चाहिए वा, लेकिन एक सरिया भी यदा कितनी जान लग गया, एक सरिया भी इनू काबू करता वा। सिर्फ माल की प्राइस ज़्यादा होनी चाहिए कंक्रीट की ना, वो इंशाल्लाह अच्छे कर दे। माल सा बनया पाया वा, नंद भाई ने बनाया वा, तो नंद भाई आ रहे हैं तो इंशाल्लाह बाकी पिलर मुकम्मल कर दे। ना पूरा वीडियो तुम शेयर करा और भी साड़ी वीडियो ना रही हो बहन भाई ना। बहुत शुक्रिया सब बहन भाइयों का, ये वॉच करने वाले का, सपोर्ट करने वाले का। नान भाई नान छेती है वीरे नान ऐसा नाम भी ना नरम नरम माल थोड़ा पाई भी गया ना फंड गया उसका नाम ध्यान ध्यान दे ठीक है। नाया आ गई है दूरों ही पापा पापा लगी हुई देख के। मेरे गौर ने की थी ओए माशाल्लाह। नाया कितों आ गई? नाया वादमा साड़ी बीमार हुई हुई है, राती दवाई लिया गई मुल्तान कैशी तबीयत कितने पापा नहीं मां सदके उत्ते नहीं उत्ते शुक्र है मेरी धी बोली रफड़ा में ओए सदके जावा कहंदी ओ उत्ते ओए पापा उत्ते बेटा पापा ने परन दिखा के ले ओ सदके जावा मैं किवें चले मैं मुन्नू मुन्नू निकल आ गए हैं मेरी चिड़िए पापा अपने घर आए मेरी जान पापा को आया पापा को आया ਕਿੱਥੇ ਪਾਪਾ ਆਤੇ ਉੱਥੇ ਆ ਸ਼ਿਤ ਕੀ ਤੇ ਹੱਥ ਚੱਕ ਕਰ ਤੇਰੇ ਹੱਥ ਚੈੱਕ ਕਰੋ ਹੱਥ ਚੈੱਕ ਕਹਿੰਦੀ ਉੱਥੇ ਆ ਪਾਪਾ ਅੱਛਾ ਜੀ ਮਾਸ਼ਾਅੱਲਾ ਧਿਆਨ ਦੇ ਦਿਓ ਫਿਰ ਮੈਂ ਮਾਸ਼ਾਅੱਲਾ ਜਿਹੜੀ ਆ ਇਹ ਭਰ ਰਹੇ ਨੇ ਬੀਮ ਜਿਹੜਾ ਪਿੱਲਰ ਚੁੱਕ ਲੈਂਦੀ ਚੁੱਕ ਲੈਂਦੀ ਗਵਾਰ ਦੀ ਬੇਟ ਖਰਾਬ ਹੋ ਗਈ ਬਹੁਤ ਜ਼ਿਆਦਾ ਤੇ ਉਹ ਚੁੱਕ ਲੈਂਦੀ ਨਾ ਨੇ 4 ਰੁਪਏ ਕਿਲੇ ਆਂਦੀ ਤੇ ਇਸ ਕਰਕੇ ਉਹਨੂੰ ਉੱਥੇ ਪਿਆ ਵਾ ਕੋਈ ਖੈਰ ਵੀ ਮੰਗਾ ਕੇ ਖਿਲਾਈ ਆ ਹੁਣ ਤੇ ਉਹਨੂੰ ਦਵਾਈ ਦਿੰਦੇ ਅੱਲਾ ਖੈਰ ਕਰੇ ਤੇ ਮੈਂ ਨਾਨ ਜਿਹੜਾ ਵਾ ਤੇ ਇਹ ਦੋਨੋਂ ਬੀਮ ਭਰਨ ਦੇ ਨੇ ਮੁੜ ਕੇ ਨਾਲ ਤਬਸਮ ਵੀ ਲੱਗ ਗਿਆ ਵਾ ਇਹ ਬੀਮ ਭਰ ਕੇ ਤੇ ਫਿਰ ਜਾਣਗੇ ਤਬਸਮ ਵਾਲੀ ਸੈਰ ਨੂੰ ਬੱਦਲ ਵਾਲੀ ਮੂਹ ਲੱਪ ਛੱਤ ਲਿਪਣੀ ਪੈਣੀ ਹਾਂ ਪਾਣੀ ਦਾ ਕਹਿ ਕੇ ਆਉਂ ਤੁਰ ਕੇ ਆਈ ਆ ਅੱਛਾ ਪਹਿਲੇ ਆਉਣ ਡਈ ਸੀ ਉਹ ਇੱਥੇ ਆ ਗਈ ਸੀ ਮੈਨੂੰ ਨਾਲ ਲਿਆ ਕੇ
ਦੋਨੋ ਤਿੰਨੇ ਭਰਾ ਲੱਗੇ ਹੋਏ ਨੇ ਤੇ ਬੀਮ ਭਰਨ ਲਾ ਖੈਰ ਕਰੇ ਅਲਹਮਦੁਲਿਲਾ ਗੇੜੀ ਭਰਾਈ ਕਰਨ ਤੋਂ ਬਾਅਦ ਇਹ ਵਾਲਾ ਮਾਲ ਬਚਿਆ ਸੀਗਾ ਫਿਰ ਇਸ ਮਾਲ ਨੂੰ ਇਸ ਤਰ੍ਹਾਂ ਮੈਂ ਨਾ ਬਰਾਮ ਦੇ ਵਿੱਚ ਨਾ ਰੋਕ ਬਣਾ ਕੇ ਲਗਾ ਦਿੱਤਾ ਤਾਂ ਕਿ ਬਰਾਮ ਦੇ ਵਿੱਚ ਨਾ ਇਹਦਾ ਪਾਣੀ ਵਗੈਰਾ ਨਹੀਂ ਜਾਵੇ ਵਿਹੜੇ ਦਾ ਹੁਣ ਉਸ ਅੰਦਰ ਬਰਾਮ ਦੇ ਵਿੱਚ ਮੈਂ ਮਿੱਟੀ ਪੱਧਰੀ ਕਰਨ ਲੱਗਾ ਤਾਂ ਕਿ ਇਹਦਾ ਅੰਦਰਲਾ ਲੈਵਲ ਬਿਲਕੁਲ ਇੱਕ ਕਰ ਦੇਵਾਂ ਅਲਹਮਦੁਲਿਲਾ ਮਿੱਟੀ ਪੱਧਰੀ ਕਰਕੇ ਪੱਟੀ ਮਾਰ ਦਿੱਤੀ ਹੈ ਹੁਣ ਇਹਦੇ ਉੱਪਰ ਪਾਣੀ ਛਿੜਕਾ ਦਿੰਦਾ ਇਸ ਤਰ੍ਹਾਂ ਤਾਂ ਕਿ ਮਿੱਟੀ ਨਾ ਬੈਠ ਜਾਵੇ ਹੁਣ ਮਿੱਟੀ ਦਾ ਮਿੱਟੀ ਪੱਧਰੀ ਕਰਕੇ ਨਾ ਬੈੱਡ ਮੈਂ ਬਣਾ ਦਿੱਤਾ ਵਾ ਇਸ ਦੇ ਜਿਹੜੀ ਆ ਰੋਕ ਲਗਾਈ ਸੀ ਨਾ ਸੈਂਟਰ 'ਚ ਪਿੱਲਰਾਂ ਦੇ ਉਹਦੇ ਬਰਾਬਰ ਮਿੱਟੀ ਕਰ ਦਈ ਹੈ ਤਿੰਨ ਸੜਕ ਨਾ ਜ਼ਿੰਦਗੀ ਗੁੰਬਦ ਖਜ਼ਰਾ ਜ਼ਿੰਦਗੀ ਪਾਣੀ ਇਸ ਤਰ੍ਹਾਂ ਲਾ ਦਿੰਦਾ ਨਾ ਫਿਰ ਇੱਥੇ ਚਾਰ ਪੀਆਂ ਡਾ ਕੇ ਬੈਠਣ ਜੋਗੇ ਹੋ ਜਾਵਾਂਗੇ ਨਾਲੇ ਮਿੱਟੀ ਜਿਹੜੀ ਜੰਮ ਜਾਏਗੀ ਮਿੱਟੀ ਫਿਰ ਤਾਂ ਉੱਠੇਗੀ ਨਹੀਂ ਪੈਰ ਦਬਾਅ ਪਾਣੀ ਲਾਉਣਾ ਨਾ ਚਾਰ ਪੰਜ ਕਰਤੀ ਹੈ ਇਹ ਜਿਹੜੇ ਬੈੱਡ ਨੇ ਇਹਨਾਂ ਨੂੰ ਮੈਂ ਦਬਾਅ ਅੰਦਰ ਫਿੱਟ ਕਰ ਦੇਵਾਂ ਤਾਂ ਕਿ ਅੰਦਰਲਾ ਕੰਮ ਓਕੇ ਰਹੇ ਨਾ ਨਾਲ ਵੀ ਨਾਸ਼ਤਾ ਕਰਨ ਗਿਆ ਹੈ ਮੈਂ ਜਦੋਂ ਜਾਣ ਲਿਆ ਲਿਆ ਆਪਣਾ ਸਾਰਾ ਸਾਰਾ ਕੰਮ ਸੈੱਟ ਕਰ ਦੂੰ ਪਹਿਲਾਂ ਇੱਧਰ ਬਾਈ ਇੱਧਰ ਕੁੜੀ ਜੋੜ ਲਾ ਪਹਿਲਾਂ ਦੋ ਲੈ ਕੇ ਦੇ ਸੀ ਚਾਰ ਪੰਜ ਜਗ੍ਹਾ ਤੇ ਬੜਾ ਕੰਮ ਦੇ ਰਿਹਾ ਸ਼ਮਸ਼ਾਨ ਦੋ ਲੈ ਕੇ ਦੇਵੇ ਸੈਂਟਰ ਨੂੰ ਲਾਲ ਬਿਲਕੁਲ ਲਾਓ ਤਾਂ ਕਿ ਸੈਂਟਰ 'ਚ ਵੀ ਲਪਕੇ ਨਾ ਇੱਕ ਨੂੰ ਬਾਹਰ ਵਾਸਤੇ ਇਸਤੇਮਾਲ ਕਰਦੇ ਹਾਂ ਕਿਉਂਕਿ ਜਿੱਦਾਂ ਦਿੰਦੇ ਆ ਤਾਂ ਗੇਟ ਨਹੀਂ ਖੁੱਲ੍ਹਦਾ ਨਾ
ਬੰਦ ਕਰਨ ਵਾਸਤੇ ਨਾ ਜਿਹੜਾ ਪਿੱਛੋ ਪੀਸ ਛੱਡਿਆ ਹੋਇਆ ਵਾ ਉੱਥੇ ਖੜਾ ਕਰਕੇ ਉਹਨੂੰ ਬਾਲਾ ਲਾ ਦਿੱਤਾ। ਅੱਛਾ ਆਇਆ ਸੋਲੋ ਪਲੇਟ ਕਿੰਦੀ ਬਾਈ ਕਿਹਦੀ ਇਧਰੋਂ ਥੋੜ੍ਹਾ ਜਿਹਾ ਪਰ ਨੂੰ ਕਰ ਬਾਈ ਠੀਕ ਹੈ। ਐਸੀ 800 ਲੈ ਕੇ ਸੀਗਾ 800 ਇੱਕ 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 ਸਨ ਮਿਲਿਆ ਜੋ ਬਾਹਰ ਵੈਸੇ ਵੀ ਤਰੇਲ ਪੈਂਦੀ ਹੈ ਤੇ ਕੋਈ ਨਹੀਂ ਜੀ ਦਾ ਰਿਵਾਜ਼ ਛੋੜਾ ਕਰਨਾ ਪੈਂਦਾ ਵਾ ਤਾਂ ਕਿ ਤਰੇਲ ਨਾ ਪਵੇ ਉੱਤੇ ਉਸ ਨੂੰ ਬਿਹਤਰ ਇੱਥੇ ਬੰਦਾ ਸਕੂਲ ਸੋ ਸਕਦਾ। ਇਸ ਕੁੜੀ ਦਾ ਡਬਲ ਸਵਾਲ ਕਰਾਂਗੇ ਨਾ ਦੂਸਰਾ ਵੀ ਇਹਦੇ ਨਾਲ ਇੱਥੇ ਕੁੜੀ ਜਾ ਕੇ ਉਹ ਵੀ ਨਾਲ ਜੁੜਦਾ ਅੱਗੇ ਦੋਨੇ ਮੈਡੀਕੇਸ਼ਨ ਬਣੇ ਗਏ। ਇਹ ਉਰੇ ਕੱਢ ਬਾਈ 4 ਇੰਚ ਉਰੇ ਲਾ ਲੈ ਇੱਥੇ ਦੂਸਰਾ ਬੈੱਡ ਵੀ ਆ ਜਾਊ ਉੱਥੇ ਬਾਹਰ ਤੋਂ ਨਹੀਂ ਹੋਚ ਲਾਵਾਂਗੇ ਠੀਕ ਹੈ। ਹਾਂਜੀ ਵੀ ਮੰਮੀ ਕਹਿ ਰਹੀ ਸੀਗੀ ਕਿ ਬਰਾਮਦੇ ਵਿੱਚ ਨਾ ਇੱਥੇ ਮਿੱਟੀ ਲਾ ਦੇਣੀ ਹੈ ਮਿੱਟੀ ਲਾਵਾਂਗੇ ਅਤੇ ਬੈਵੇਂ ਕਰੀ ਮੈਂ ਮਸਾਲਾ ਲਵਾਂਗਾ ਜੀ ਅਤੇ ਮੇਰੀ ਭੈਣ ਵੀ ਸਲਾਹ ਇਹ ਵਾ ਕਿ ਹਲਕਾ ਮਸਾਲਾ ਬਣਾ ਕੇ ਨਾ ਹਲਕੇ ਮਸਾਲੇ ਬਣਾ ਕੇ ਤੈਅ ਪਾ ਦਈਏ ਮਿੱਟੀ ਲਾਉਣ ਵਾਲਾ ਰੋਜ਼ ਬੜਾ ਬੜਾ ਵਕਤ ਆਉਂਦਾ ਅਤੇ ਮੰਮੀ ਨੂੰ ਮੰਮੀ ਨੇ ਔਖੇ ਹੁੰਦੇ ਹੁੰਦੇ ਰਹਿਣਾ ਇਸ ਰੀ ਆਮ ਖਾਈ ਮੇਰੀ ਭੈਣ ਵੀ ਜ਼ਰੂਰ ਦੱਸਣਾ ਕਿ ਮੰਮੀ ਮੇਰਾ ਮੰਮੀ ਉਹਨਾਂ ਦੇ ਕਹਿਣ 'ਤੇ ਮਿੱਟੀ ਲਾ ਦੇਵਾਂ ਜਾਂ ਠੀਕ ਹੈ ਬਾਈ ਇੱਥੇ ਹੀ ਦੇਟ ਹਲਕਾ ਜਿਹਾ ਮਸਾਲਾ ਬਣਾ ਕੇ ਨਾ ਹਲਕਾ ਜਿਹਾ ਮਸਾਲਾ ਬਣਾ ਕੇ ਅਤੇ ਥੱਲੇ ਇੱਕ ਤੈਅ ਪਾ ਦੇਵਾਂ ਤਾਂ ਕਿ ਮਿੱਟੀ ਮੁੱਟੀ ਲਾਉਂਦੀ ਹੈ ਮੈਨੂੰ ਸਾਹਮਣੇ ਹੁਣ ਲੋੜ ਨਹੀਂ ਪਈ ਐਸੇ ਮਿੱਟੀ ਦੇ ਹਲਕੀ ਤੈਅ ਪੈ ਗਈ ਦੋਵਾਂ ਮਸਾਲੇ ਦੀ ਕਦੀ ਹਲਕੀ ਬਜਰੀ ਬਣਾ ਕੇ ਅਤੇ ਉਹ ਇੱਥੋਂ ਪੱਟ ਨਹੀਂ ਗਈ ਸੀ ਇਨਸ਼ਾਅੱਲਾ ਸਾਡੇ ਇਹਦੀ ਲੱਭ ਖਤਮ ਹੋ ਗਈ ਉੱਧਰ ਹੀ ਕਰਾਂਗੇ ਠੀਕ ਹੈ ਹੁਣ ਦਵਾਨੇ ਦੀ ਐਸੈਂਟ ਭੁੱਲ ਜਾਂਦੇ ਕਿ ਇੱਕ ਕੁੜੀ ਇੱਥੇ ਇੱਕ ਕੁੜੀ ਇੱਥੇ ਅਤੇ ਦੁਆ ਤੋਂ ਦੁਆ
ਦੇਸੀ ਬੈੱਡ ਉਹ ਚੁੱਕ ਲੈ ਕੇ ਯਾਰ ਕੋਈ ਲੱਗ ਗਈ ਹੈ ਦੁਆ ਬੈੱਡ ਲੈ ਕੇ ਲੈਣਾ ਸਿੱਧਾ ਨਹੀਂ ਆਏਗਾ ਟੇਢਾ ਕਰਕੇ ਆਏਗਾ ਬਾਈ ਕਿੰਨਾ ਵਜ਼ਨ ਹੈ ਇਹ ਮੇਰੇ ਹਿਸਾਬ 'ਤੇ ਹੈਗਾ ਇੱਕ ਮਨ ਤਿਕਰ ਮੇਰੇ ਹਿਸਾਬ ਤਿਕਰ ਇੱਕ ਮਨ ਤਿਕਰ ਹੈ ਡੇਢ ਮਨ ਹੋਏਗਾ ਵੈਸੇ ਬਾਈ ਇਹਦੇ ਤੇ ਮੈਟਰਸ ਲਿਆ ਕੇ ਸੱਟਿਆ ਹੋਵੇ ਤੇ ਬੈਠਦਾ ਬੈਡ ਹੀ ਹੈ ਰੋ ਰੋਜ਼ ਨਾ ਮੈਨੂੰ ਵੀ ਬਾਹਰ ਕੱਢਣੇ ਬੜੇ ਔਖੇ ਆ ਇਹਨੂੰ ਇੱਕ ਐਸੇ ਜਗ੍ਹਾ ਫਿੱਟ ਕਰਨ ਲੱਗਾ ਠੀਕ ਹੈ ਸਕੂਲ ਨਾਲ ਇਸ ਲਗਾ ਕਾਲਜ ਦਵਾ ਜਿਹੜੇ ਅਸੀਂ ਬੰਦੇ ਨੂੰ ਸੁਣਦੇ ਹਾਂ ਬਾਈ ਇਸ ਪਾਸੇ ਇੱਧਰਲੇ ਪਾਸੇ ਹੁੰਦੇ ਇੱਟਾਂ ਉਹ ਟੈਲ ਦੇ ਟੈਲਾਂ ਦੇ ਟੋਟੇ ਦੇ ਆ ਪਾਸਾ ਟਾਲ ਇੱਧਰ ਰਵੇ ਕਿਉਂਕਿ ਇਹ ਸਿਰ ਨੀਵੇਂ ਆ ਹਾਂਜੀ ਹਮੇਸ਼ਾ ਸਿਰ ਉੱਚਾ ਰਹਿਣਾ ਚਾਹੀਦਾ ਪੈਰ ਇੱਕ ਦੋ ਇੰਚ ਨੀਵੇਂ ਰਹਿਣੇ ਚਾਹੀਦੇ ਬਾਈ ਜਾਨ ਟਾਲ ਇੱਧਰ ਨੂੰ ਆ ਮੈਂ ਇੱਥੇ ਵੇਖ ਰਿਹਾ ਨਾ ਕਿ ਇਹ ਨੁੱਕਰ ਚ ਨੀਵੀਂ ਆ ਉਹ ਪਰਲੀ ਨੁੱਕਰ ਸਹੀ ਆ ਉਹ ਨੁੱਕਰ ਨੀਵੀਂ ਆ ਨੁੱਕਰ ਉੱਚੀ ਆ ਹਾਂਜੀ ਤੁਸੀਂ ਇਹਨਾਂ ਅਹਤਿਆਤਨ ਤੌਰ ਟੈਲ ਦਾ ਇੱਕ ਇੱਕ ਟੋਟਾ ਇੱਧਰਲੇ ਪਾਸੇ ਬਸ ਦੇ ਦਿਓ ਉਹ ਬੈਲੈਂਸ ਦੇ ਵਿੱਚ ਡਕਰੇ ਲਾ ਦਿਓ ਹਾਂਜੀ ਕਿਉਂਕਿ ਸਿਹਤ ਇਹ ਤਾਂ ਅਗਰ ਸਿਹਤਮੰਦ ਇਨਸਾਨ ਹੋਵੇ ਤਾਂ ਫਿਰ ਇਹ ਦੇਖੋ ਸਿਰ ਉੱਚਾ ਰਹਿਣਾ ਚਾਹੀਦਾ ਹਾਂਜੀ ਹੁਣ ਦਰਮਿਆਨ ਵਿੱਚ ਇੱਕ ਟੈਲ ਦੇ ਦੇ ਇੱਕ ਪਰਲੇ ਪਾਸੇ ਦੇ ਦੇ ਆ ਜਾਏਗੀ ਉਹਨੇ ਮੈਨੂੰ ਦੇ ਮੈਂ ਦੇਣਾ ਇੱਧਰ ਨਾ ਦਈ ਬਾਈ ਉੱਧਰ ਨਾ ਦੇ ਇਸ ਪਾਸੇ ਸਿਰਫ ਦੇਣੀ ਆ ਜਾਏਗੀ ਇੱਥੋਂ ਅਗਾਂ ਥੋੜ੍ਹਾ ਜਿਹਾ ਜਾ ਕੇ ਨਾ ਚੱਕਵਾਵਾਂ ਆਵਾਂ ਮੈਂ ਆ ਗਈ ਇੱਕ ਪਰਲੇ ਪਾਸੇ ਬਾਈ ਦੇ ਦੇ ਜੀ
ਮਤਲਬ ਇਹਨਾਂ ਵੀ ਮਿੱਟੀ ਵੀ ਪੱਧਰ ਹੀ ਅੰਦਰ ਹੋ ਗਈ ਹੈ ਔਰ ਚਾਰਪਾਈ ਵੀ ਅੰਦਰ ਰੱਖਤੀ ਹੈ, ਪੱਖਾ ਵੀ ਔਰ ਪਾਣੀ ਵਗੈਰਾ ਕੂਲਰ ਅੰਦਰ ਰੱਖਤਾ ਹੈ। ਸਕੂਲ ਇੱਥੇ ਕੰਮ ਕਰਦੇ ਰਹਿਣਗੇ, ਅਸੀਂ ਕੰਮ ਕਰਦੇ ਹਾਂ, ਸਕੂਲਾਂ ਦੀ ਛਾਂ 'ਤੇ ਬੈਠ ਕੇ ਪਾਣੀ ਪੀ ਸਕਦੇ ਹਾਂ ਔਰ ਐਵੇਂ ਦੋ ਬੈੱਡ ਵੀ ਜਿਹੜੇ ਦੋ ਸਮਝੋ ਸਾਡੇ ਵਾਸਤੇ ਬੈੱਡ ਹੀ ਹੈ, ਇਹ ਦੋ ਬੈੱਡ ਵੀ ਅਸੀਂ ਸੈੱਟ ਕਰ ਦਿੱਤੇ ਆ, ਇਹਦੇ ਉੱਪਰ ਮੈਟਰਸ ਵਗੈਰਾ ਸੱਟ ਕੇ ਸਕੂਲ ਸੌ ਸਕਦੇ ਹਾਂ, ਠੀਕ ਹੈ। ਔਰ ਕਿਉਂਕਿ ਇੱਥੇ ਚਾਰਪਾਈਆਂ ਸਾਡੇ ਕੋਲ ਥੋੜ੍ਹੀਆਂ ਵਾ, ਕਿਉਂਕਿ ਟੋਟਲੀ ਪੰਜ ਚਾਰਪਾਈਆਂ ਸਨ, ਇਸ ਕਰਕੇ ਫਿਰ ਇਹ ਦੋ ਸਾਨੂੰ ਹੋਰ ਇਹ ਮੰਗਵਾਉਣੇ ਪਏ। ਔਰ ਤਾਂ ਬਸਮ ਭਾਈ ਨੇ ਸਾਨੂੰ ਲਿਆ ਦਿੱਤੇ ਸੀਗੇ, ਠੀਕ ਬਸਮ ਭਾਈ, ਤਾਂ ਬਸਮ ਭਾਈ ਲਿਆ ਦਿੱਤੇ ਸੀ ਜਿਹੜੇ ਇੱਥੇ ਇਹ ਪਲੇਟ ਪਈ ਸੀ ਨਾ, ਪਲੇਟ ਹਮਸਾਏ ਉਠਾ ਕੇ ਲੈ ਗਏ ਆ, ਅਤੇ ਉਹ ਪਲੇਟ ਹੀ ਉਹ ਪਲੇਟ ਹੀ ਇਹਦੇ ਉੱਪਰ ਰੱਖ ਕੇ ਲੈ ਕੇ ਆਉਂਦੇ ਵਿੱਚੋਂ। ਅਤੇ ਅਲਹਮਦੁਲਿਲਾ ਇਹ ਵੀ ਸਾਡਾ ਕੰਮ ਬੜਾ ਬਿਹਤਰ ਹੋ ਗਿਆ, ਮੰਜੀ ਡਾਹਤੀ ਹੈ, ਆਬੂ ਨਹੀਂ ਆਉਣਗੇ, ਅੰਮੀ ਹੁਣ ਆਉਣਗੇ, ਆ ਕੇ ਸਕੂਲ ਬੈਠ ਸਕਦੇ ਆ, ਠੀਕ ਹੈ। ਅਤੇ ਉਹ ਇਨਸ਼ਾਅੱਲਾ ਉਮੀਦ ਹੈ ਕਿ ਮੇਰੇ ਬਹਿਣ ਭਾਈ ਨੂੰ ਸਾਡਾ ਮੇਰਾ ਕੀਤਾ ਹੋਇਆ ਕੰਮ ਪਸੰਦ ਆਇਆ ਹੋਊਗਾ, ਤਾਂ ਜ਼ਰੂਰ ਮੇਰਾ ਕੀਤਾ ਹੋਇਆ ਕੰਮ ਮੇਰੇ ਬਹਿਣ ਭਾਈ ਨੂੰ ਪਸੰਦ ਹੁੰਦਾ ਵਾ, ਤਾਂ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ। ਤਾਂ ਇਨਸ਼ਾਅੱਲਾ ਨੈਕਸਟ ਵੀ ਲੋਕ ਆਪਣੇ ਬਹਿਣ ਭਾਈ ਸ਼ੇਅਰ ਕਰਾਂਗਾ। ਔਰ ਮੇਰੇ ਬਹਿਣ ਭਾਈ ਨੇ ਕੋਈ ਮੈਂ ਮੰਮੀ ਮਸ਼ਰਾ ਲਿਆ ਸੀ ਕਿ ਇਸ ਤਰ੍ਹਾਂ ਥੱਲੇ ਆ, ਮੰਮੀ ਕਹਿ ਰਹੀ ਸੀ ਥੱਲੇ ਮਿੱਟੀ ਲਾਉਣੀ ਆ, ਮੈਂ ਤਾਂ ਫਿਲਹਾਲ ਲੈਵਲ ਕਰ ਦਿੱਤਾ ਵਾ ਕਿ ਮੈਂ ਮੰਮੀ ਨੂੰ ਫਿਰ ਆਖਿਆ ਮੈਂ ਜੀ ਮਿੱਟੀ ਲਾਉਣ ਵਾਲਾ ਜਿਹੜਾ ਸਾਲ ਤੁਸੀਂ ਉਹਦੇ ਵਿੱਚ ਤੁਸੀਂ ਬਹੁਤ ਔਖੇ ਹੋਵੋਗੇ, ਠੀਕ ਹੈ, ਕਿੱਥੋਂ ਗੋਬਰ ਇਕੱਠਾ ਕਰਨਾ ਗਾਵਾਂ ਦਾ ਮੱਝਾਂ ਦਾ ਇਕੱਠਾ ਕਰਕੇ ਫਿਰ ਮਿੱਟੀ ਬਣਾਉਣੀ ਫਿਰ ਲਾਉਣਾ, ਫਿਰ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਤੁਹਾਨੂੰ ਤਕਲੀਫ ਦੇ ਪ੍ਰੋਸੈਸ ਹੋ ਜਾਂਦਾ। ਉਸ ਨੂੰ ਬਿਹਤਰ ਹੈ ਕਿ ਹਲਕਾ ਮਸਾਲਾ ਬਣਾ ਕੇ ਨਾ ਇੱਥੇ ਤੁਹਾਨੂੰ ਇੱਕ ਥੱਲੇ ਹਲਕੀ ਤਹਿ ਪਾ ਦੇਵਾਂ, ਅਤੇ ਮਸਾਲਾ ਹਲਕਾ ਪਾ ਦਾਂਗੇ, ਹਲਕਾ ਹਲਕਾ ਮਸਾਲਾ ਪਾ ਕੇ ਨਾ। ਤਾਂ ਮੇਰਾ ਇਹ ਮਸ਼ਵਰਾ ਕਿਸ ਤਰ੍ਹਾਂ ਵਾ, ਅਤੇ ਤੁਸੀਂ ਬਿਨ ਬਰੀਆਂ ਨੂੰ ਮਸ਼ਰਾ ਵੀ ਦੇਣਾ ਜ਼ਰੂਰ। ਤਾਂ ਇਨਸ਼ਾਅੱਲਾ ਨੈਕਸਟ ਵਲੌਗ ਬਿਨ ਬਰੀਆਂ ਨੂੰ ਸ਼ੇਅਰ ਕਰਾਂਗਾ, ਅੱਲਾ ਪਾਕ ਦੇ ਹਵਾਲੇ। ਤੋ